रणबीर सिंह राणा वड्डी खबर आ रही है, साबका डीजीपी सुमेत सिंह सैनी नूं पंजाब हरियाणा हाई कोर्ट तों वड्डी राहत मिली है। उन्हां दी गिरफ्तारी ते रोक ला दी गई है। दस दी कि किसी भी मामले दे विच हुण उन्हां दी गिरफ्तारी नहीं हो सकेगी। ब्लैंकेट बेल पंजाब अते हरियाणा हाई कोर्ट तों मिली है साबका डीजीपी सुमेत सिंह सैनी नूं। दस दिए कि एडवोकेट विनोद कई दे वल्लों इह सारी जानकारी दित्ती गई है। पंजाब दे साबका डीजीपी सुमेत सिंह सैनी ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਤੋਂ ਵੀ ਉਹਨਾਂ ਨੂੰ ਰਾਹਤ ਮਿਲੀ ਸੀਗੀ। ਹਾਲਾਂਕਿ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਸਿਰਫ ਮੁਲਤਾਨੀ ਮਾਮਲੇ ਦੇ ਵਿੱਚ ਰਾਹਤ ਮਿਲੀ ਸੀ, ਪਰ ਹੁਣ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਕੇਸ ਦੇ ਵਿੱਚ ਜੇਕਰ ਸੁਮੇਧ ਸਿੰਘ ਸੈਣੀ ਨੂੰ ਗ੍ਰਿਫਤਾਰ ਕਰਨਾ ਹੋਏਗਾ ਤਾਂ ਉਸ ਤੋਂ ਪਹਿਲਾਂ ਇੱਕ ਹਫ਼ਤਾ ਪਹਿਲਾਂ ਜਿਹੜਾ ਉਹਨਾਂ ਨੂੰ ਦੱਸਣਾ ਹੋਏਗਾ। ਬਲੈਂਕਟ ਬੇਲ ਜਿਹੜੀ ਹੈ ਮਿਲੀ ਹੈ ਸੁਮੇਧ ਸਿੰਘ ਸੈਣੀ ਨੂੰ, ਅਤੇ ਗ੍ਰਿਫਤਾਰੀ ਦਾ ਖਤਰਾ ਇਸ ਵੇਲੇ ਜਿਹੜਾ ਹੈ ਸੁਮੇਧ ਸਿੰਘ ਸੈਣੀ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਟਲ ਚੁੱਕਿਆ ਹੈ। ਦੱਸ ਦਈਏ ਕਿ ਸੈਣੀ ਦੇ ਖਿਲਾਫ਼ ਕਈ ਮਾਮਲੇ ਨੇ ਅਤੇ ਜਿਸ ਕਰਕੇ ਉਹਨਾਂ ਨੂੰ ਗ੍ਰਿਫਤਾਰੀ ਦਾ ਡਰ ਸੀਗਾ। ਦਰਅਸਲ ਸੁਪਰੀਮ ਕੋਰਟ ਤੋਂ ਮੁਲਤਾਨੀ ਕੇਸ ਦੇ ਵਿੱਚ ਆਰਜ਼ੀ ਜ਼ਮਾਨਤ ਮਿਲੀ ਸੀਗੀ ਅਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਸੈਣੀ ਖਿਲਾਫ਼ ਮੁੜ ਸ਼ਿਕੰਜਾ ਕੱਸ ਰਹੀ ਸੀਗੀ। ਮੋਹਾਲੀ ਪੁਲਿਸ ਨੇ ਸਾਬਕਾ ਸੇਵਾ ਮੁਕਤ IAS ਅਫਸਰ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਲਾਪਤਾ ਕਰਨ ਦੇ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਤਲਬ ਕੀਤਾ ਸੀ। ਸੈਣੀ ਨੂੰ ਨੋਟਿਸ ਜਾਰੀ ਕਰਕੇ ਮਟੌਰ ਥਾਣੇ ਦੇ ਵਿੱਚ ਸਿੱਟ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਇਸ ਦੇ ਵਿਚਾਲੇ ਹੀ ਸੁਮੇਧ ਸਿੰਘ ਸੈਣੀ ਸਿੱਟ ਅੱਗੇ ਪੇਸ਼ ਨਹੀਂ ਹੋਏ ਅਤੇ ਉੱਧਰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਬਲੈਂਕਟ ਬੇਲ ਮਿਲੀ ਹੈ। 1991 ਦਾ ਇਹ ਪੁਰਾਣਾ ਮਾਮਲਾ ਹੈ, 29 ਸਾਲ ਪੁਰਾਣਾ ਮਾਮਲਾ ਹੈ, ਜਿਸ ਦੇ ਵਿੱਚ ਸੁਮੇਧ ਸਿੰਘ ਸੈਣੀ ਘਿਰੇ ਹੋਏ ਨੇ, ਪਰ ਹਾਲੇ ਵੀ ਸੁਮੇਧ ਸਿੰਘ ਸੈਣੀ ਨੂੰ ਲਗਾਤਾਰ ਜਿਹੜੀ ਹੈ ਉਹ ਹੁਣ ਰਾਹਤ ਮਿਲ ਰਹੀ ਹੈ। ਪਹਿਲਾਂ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਅਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਅਤੇ ਹੁਣ ਸੈਣੀ ਦੀ ਗ੍ਰਿਫਤਾਰੀ 'ਤੇ ਰੋਕ ਲੱਗ ਗਈ ਹੈ ਅਤੇ ਸੈਣੀ ਨੂੰ ਜਿਹੜਾ ਗ੍ਰਿਫਤਾਰੀ ਦਾ ਖਤਰਾ ਸੀਗਾ ਉਹ ਇਸ ਵੇਲੇ ਟਲ ਚੁੱਕਿਆ ਹੈ। ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਅਤੇ ਅਦਾਲਤ ਨੇ ਸੈਣੀ ਨੂੰ ਸਰਵਿਸ ਦੌਰਾਨ ਸਾਰੇ ਮਾਮਲਿਆਂ ਦੇ ਵਿੱਚ ਬਲੈਂਕਟ ਬੇਲ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਹਨਾਂ ਦੀ ਗ੍ਰਿਫਤਾਰੀ ਦਾ ਖਤਰਾ ਟਲ ਗਿਆ ਹੈ ਅਤੇ ਸੈਣੀ ਖਿਲਾਫ਼ ਕਈ ਮਾਮਲੇ ਦਰਜ ਨੇ ਜਿਨ੍ਹਾਂ 'ਚ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਐਡਵੋਕੇਟ ਵਿਨੋਦ ਕਈ ਦੇ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨਾ ਹੋਇਆ ਤਾਂ ਹਫ਼ਤਾ ਪਹਿਲਾਂ ਉਸ ਦਾ ਨੋਟਿਸ ਦੇਣਾ ਪਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਨੂੰ ਜਦੋਂ ਤੱਕ ਜ਼ਮਾਨਤ ਨਹੀਂ ਸੀ ਮਿਲੀ ਤਾਂ ਪੁਲਿਸ ਉਹਨਾਂ ਦੀ ਭਾਲ ਦੇ ਵਿੱਚ ਸੀਗੀ, ਪੁਲਿਸ ਛਾਪੇਮਾਰੀ ਕਰ ਰਹੀ ਸੀਗੀ, ਵੱਖ ਵੱਖ ਥਾਵਾਂ 'ਤੇ ਪੁਲਿਸ ਲਗਾਤਾਰ ਸੁਮੇਧ ਸੈਣੀ ਨੂੰ ਲੱਭ ਰਹੀ ਸੀ, ਪਰ ਹੁਣ ਸੁਮੇਧ ਸੈਣੀ 'ਤੇ ਜਿਹੜੀ ਗ੍ਰਿਫਤਾਰੀ ਦਾ ਖਤਰਾ ਹੈ ਉਹ ਇੱਕ ਜਿਹੜਾ ਕਹਿ ਸਕਦੇ ਹਾਂ ਕਿ ਉਹ ਟਲ ਗਿਆ ਹੈ ਅਤੇ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ ਗਈ ਹੈ। ਹਫ਼ਤਾ ਪਹਿਲਾਂ ਨੋਟਿਸ ਭੇਜਣਾ ਹੋਏਗਾ ਅਤੇ ਜੇ ਕੋਈ ਨਵਾਂ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਤੋਂ ਪਹਿਲਾਂ ਇਹ ਨੋਟਿਸ ਦੇਣਾ ਪਵੇਗਾ। ਉੱਧਰ ਪੰਜਾਬ ਸਰਕਾਰ ਨੂੰ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। 8 ਅਕਤੂਬਰ ਨੂੰ ਜਦੋਂ ਸੁਣਵਾਈ ਹੋਵੇਗੀ ਤਾਂ ਉਸ ਦੌਰਾਨ ਪੰਜਾਬ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨਾ ਹੋਵੇਗਾ। ਸੋ ਦੱਸ ਦਈਏ ਕਿ ਸੁਮੇਧ ਸਿੰਘ ਸੈਣੀ ਸਾਬਕਾ DGP ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਤੋਂ। ਬਲਵੰਤ ਸਿੰਘ ਮੁਲਤਾਨੀ ਕੇਸ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਈਏ ਕਿ 1991 ਦਾ ਇਹ ਪੁਰਾਣਾ ਮਾਮਲਾ ਹੈ, ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਵਿੱਚ SSP ਸਨ ਤਾਂ ਉਹਨਾਂ 'ਤੇ ਇੱਕ ਅਟੈਕ ਹੋਇਆ ਸੀ ਜਿਸ ਦੇ ਵਿੱਚ 4 ਉਹਨਾਂ ਦੇ ਸੁਰੱਖਿਆ ਕਰਮੀ ਮਾਰੇ ਗਏ ਸਨ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਪੁੱਛਗਿੱਛ ਲਈ ਚੁੱਕਿਆ ਸੀ ਅਤੇ ਇਸ ਪੁੱਛਗਿੱਛ ਦੇ ਦੌਰਾਨ ਇਲਜ਼ਾਮ ਇਹ ਨੇ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਇੱਕ ਫਰੈਸ਼ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ ਸੁਮੇਧ ਸਿੰਘ ਸੈਣੀ ਦੇ ਖਿਲਾਫ਼ ਮੋਹਾਲੀ ਪੁਲਿਸ ਦੇ ਕੋਲ, ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਧਾਰਾ 302 ਤਹਿਤ ਵੀ ਮਾਮਲਾ ਸੁਮੇਧ ਸਿੰਘ ਸੈਣੀ ਦੇ ਖਿਲਾਫ਼ ਦਰਜ ਕੀਤਾ ਸੀ। ਪਰ ਇੱਕ ਵਾਰ ਫਿਰ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਮਿਲ ਚੁੱਕੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਤੋਂ। ਸੁਮੇਧ ਸਿੰਘ ਸੈਣੀ ਨੂੰ ਬਲੈਂਕਟ ਬੇਲ ਮਿਲ ਚੁੱਕੀ ਹੈ, ਕਿਸੇ ਵੀ ਮਾਮਲੇ ਦੇ ਵਿੱਚ ਹੁਣ ਉਹਨਾਂ ਦੀ ਗ੍ਰਿਫਤਾਰੀ ਹਾਲੇ ਨਹੀਂ ਹੋ ਸਕੇਗੀ। ਸਾਡੇ ਪੱਤਰਕਾਰ ਸੁਮਿਤ ਜੋਸ਼ੀ ਅਤੇ ਗੁਰਦੀਪ ਸਿੰਘ ਬੈਨੀਪਾਲ ਦੇ ਵੱਲੋਂ ਵੀ ਇਸ ਖਬਰ ਦਾ ਜਾਇਜ਼ਾ ਲਿਆ ਗਿਆ, ਕੀ ਅਪਡੇਟ ਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਸਾਬਕਾ DGP ਸੁਮੇਧ ਸੈਣੀ ਦੀਆਂ ਮੁਸ਼ਕਲਾਂ ਹਰ ਦਿਨ ਵੱਧ ਰਹੀਆਂ ਨੇਗੀਆਂ। ਹਾਲਾਂਕਿ ਥੋੜ੍ਹੀ ਜਿਹੀ ਰਾਹਤ ਮਿਲੀ ਸੀ ਸੁਪਰੀਮ ਕੋਰਟ ਤੋਂ, ਉਸ ਤੋਂ ਬਾਅਦ ਥਾਣਾ ਮਟੌਰ ਜਿੱਥੇ ਅਸੀਂ ਖੜ੍ਹੇ ਹਾਂ ਇਹਨਾਂ ਦੇ ਵੱਲੋਂ ਸੰਮਨ ਭੇਜ ਕੇ ਅੱਜ SIT ਵੱਲੋਂ ਜਿਹੜਾ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਕਿਹਾ ਗਿਆ।
पूरा मामला की है तुहानूं अज एक बार फिर तो दस देवांगे कि आखिर मोहाली तो बाद पंजाब हरियाणा हाई कोर्ट जांदा है सैनी, उस तो बाद जे कहा जावे सुप्रीम कोर्ट तो जाके राहत मिल जाती है। असल बलवंत सिंह मुल्तानी मामले दे विच जे देखा जावे जिवें जिवें अमेंडमेंटा हुईयां जां कहीए कि जिवें जिवें मामला अगे वध्या तो उस तो बाद देखा जावे किते ना किते कोशिशां इह रहीआं पुलिस दे वल्लों ठोस तत्थ रखे गए, फिर 302 धारा जुड़ जाती है। बैनीपाल साढ़े नाल ने गए गुरदीप बैनीपाल मोहाली लगातार यह सैनी केस नूं कवर करने। बैनीपाल जी देखा जाए मोहालियों केस निकल के चंडीगढ़ के दरवाजे से भी जाता अदालत के दरवाजे से, फिर सुप्रीम कोर्ट तो थोड़ी जी राहत मिल जाती है, फिर मोहाली आ गई कहानी। शुरुआत बलवंत सिंह मुल्तानी मामले की जो हुई सी उस टाइम के दौरान देखिए मुश्किल शायद इन नहीं सी वधिया, धारा 302 जुड़ती है, किमें के हालात बने उदों कदों सैनी पहली बार पेश हुए थे SIT अगे जी? बिल्कुल देखो बड़ा 39 साल एक तो पहला मामला बलवंत सिंह मुल्तानी जिहड़े सिटको दे जेई सीगे बलवंत सिंह मुल्तानी उन्होंने अगवा किया गया सीगा, उस तो बाद थाने दे विच कहिंदे उन्होंने टॉर्चर तो बाद उन्होंने जिहड़ी आ मौत हो जाती है। पर 29 साल तो बाद जो मामला दोबारा फिर सुर्खियों के आया, गल हूँ स्मिथ जी यह आ कि हूँ ये जोड़े खुद थानेदार से वो जोड़े वाधा अगवा बन गए, जिसके चलते उन्होंने जो पूरा घटनाक्रम होया सैनी दे नाल जो हुण तक उन्होंने मुल्तानी के नाल कीता उन्होंने पूरी जिहड़ी आ बयान उहदे विच सारा कुछ जिहड़ा दर्ज करवाया गया, जिसके चलते सैनी दीआं मुश्किलां वधीआं ने, जिसके इस तो बाद जिहड़ी आ धारा 302 जिहड़ा वाधा कीता गया। पर हैरानी की गल है कि इस तो बाद सैनी लगातार जिहड़ा कोर्टां च कहिंदा सी कि मैनूं कोर्टां दे विच जिहड़ा विश्वास आ अदालत दे विचों ते मैनूं उत्थों जिहड़ा राहत मिलेगी, पर पहला जिला अदालत वल्लों झटका लग्गिया, उदों बाद हाई कोर्ट तो भी उहनूं कोई राहत नहीं मिली, बेशक सुप्रीम कोर्ट तो उहनां नूं कुछ राहत मिली आ, पर यह राहत भी जिहड़ी आ आरजी तौर पर आ क्योंकि 3 हफ्ते की राहत आ। पर अज जिस तरह हुण सिट वल्लों उहनां नूं नोटिस जारी किया, अज इत्थे पेश होण गए हले भी लगते नहीं, हले भी शंके ने कि अज पेश होगा कि नहीं होगा, क्योंकि जेकर अज नहीं पेश हुंदा तां पंजाब सरकार हाई कोर्ट दे विच कितना कितने अपील दर्ज कर सकदी है कि सैनी दी जिहड़ी जमानत रद्द की जाए। बैनीपाल जी एक चीज़ होर सुनने मिली सी जदों यह 302 धारा जुड़ी उदू बाद देखिए तो मुश्किलां सी जो उदों ज़्यादा वध गईआं, उदू बाद पंजाब हरियाणा हाई कोर्ट ने पहला सैशन कोर्ट ने रद्द करी उन्हां दी अगाऊं जमानत ते फिर पंजाब हरियाणा हाई कोर्ट ने, सुप्रीम कोर्ट जांदे ने, सुप्रीम कोर्ट ने जदों राहत दित्ती सी उन्हां नूं तां उहदे विच गिरफ्तारी ते रोक लगाई, तां उदों यह भी कहा गया सीगा कि तुसीं सहयोग करोगे इन्वेस्टिगेशन दे विच, तां इह समझिआ जा सकदा कि शायद उह पहलू है जिहड़ा जां उह पॉइंट है उहनूं बरकरार रखण ते उहनूं उह आपदे हक च रखण वास्ते सैनी शायद पेश हो जाण। बिल्कुल देखो वड्डी गल है कि सुप्रीम कोर्ट के आदेश में कितने ना कि हूँ जिहड़ा सैनी नूं मननी पैणगे कि नहीं तो इन्हां ते लगातार जिहड़ा शिकंजा लगातार करता, जिस तरह कोर्ट वल्लों टिप्पणियां कीतीआं गईआं ने जिहड़ा उन्होंने कोर्ट वल्लों हाई कोर्ट नूं भी कहता कि मामला जिहड़ा CBI नूं दित्ता जाऊगा, क्योंकि इन्होंने मंग की थी कि जिहड़ा मामला पुलिस नूं दित्ता जाए यह CBI नूं दित्ता जाए, पर उहदे वल्लों भी जिहड़ा झटका लग्गिआ कि CBI नूं पंजाब पुलिस जिहड़ी जांच करूगी, हुण कितें ना कितें जरूरी यह बन गया कि सैनी जेकर पेश नहीं हुंदे तां उहदीआं मुश्किलां कटणगीआं सगों मुश्किलां होर वधणगीआं, क्योंकि लगातार जिहड़ा सुप्रीम कोर्ट वालों एक बार उन्होंने कहा जेकर उन्होंने गिरफ्तारी से रोक लगी है तो उन्होंने जांच के शामिल होने भी विशेष तौर पर जोड़े आदेश जारी किए गए। नाल नाल तुहानू तस्वीरां भी दिखाने बनी बल जी अगे जो थोड़ा जिहा तस्वीरां भी दिखा देने, स्पैशल इन्वेस्टिगेशन टीम के जिहड़े मैंबर ने वो पहुँच चुके हैगे नेगे, जिहड़े जे कहीए SIT के मुखी ने वो पहुँच चुके हैगे ने, बाकी इंतजार हुण सुमेध सैनी का। बनीपाल जी जे इहदे विच एक चीज़ होर देखी जाए उही सुमेध सैनी जे कहा जाए पुलिस का मुखी सी अज अपनी पुलिस तो शायद उन्होंने डर लग रहा है इस चीज़ का कि कितने क्योंकि जो कोर्ट च भी उन्होंने ये गल कही है सैनी ने वो कही गई है कि मैंने पोलीटिकल तौर पर फसाया जा रहा है, बारी बारी स्टेटमेंट उन्होंने यही चली आ रही है। मुल्तानी केस के नाल जुड़े हुए लोग भी तुमने देखे होने कोर्टा के आते होने उन्होंने वकील आते होने, उन्होंने दर्द की झलकता है वो की कहें उन्होंने लगी है उम्मीद कि सानू शायद इन्ने साल बाद इंसाफ मिल जाए? जी बिल्कुल देखो जेकर स्मिथ जी इस मामले में पूरी तरह घोख देखी जाए तो पूरी तरह इतिहास दोहराया जा रहा, क्योंकि जदों पहला सुप्रीम कोर्ट के मामला गया सी तो उस टाइम CBI सुप्रीम कोर्ट के सैनी का बयान सीगा कि मामला जिहड़ा CBI का नहीं बनता ना अपने सुप्रीम कोर्ट का नहीं बनता यह पंजाब पुलिस का बनता, पर अज यही सुमेध सिंह सैनी मामले कह रहा कि मामला पंजाब पुलिस की बजाय सुप्रीम कोर्ट दिता जाए, मतलब इतिहास कितना कितने दोहरा रहा। पर हैरानी की गल है कि सैनी ने इस मामले च लगातार 29 साल सुप्रीम कोर्ट तक केस चलिया, पर ये जरा वादा गवाह वो नहीं सके इन्होंने को गवाह 364 जो बयान ने हूँ तक दर्ज करे ने, किसी ने बयान ही दर्ज करवाए थे, हूँ लगातार जो लोग सामने आ रहे हैं कि इस मामले के देखिए कही सारी चीज़ का उदों बदल जाती है जदों वादा माफ गवाह आ जाता बच्चे वो भी अपनी पुलिस का मैंबर अपनी उस टाइम का मैंबर जिन्हें शायद सैनी का काम कराया। जी बिल्कुल देखो जदों 1991 के चंडीगढ़ के सैनी SSP से इन्हों एक अटैक होया
ਵਿੱਚ ਚਾਰ ਪੁਲਿਸ ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਜਦੋਂ ਹੁਣ ਦੁਬਾਰਾ ਜਦੋਂ ਇਹ ਕੇਸ ਖੁੱਲ੍ਹਿਆ ਤਾਂ ਇਹਦੇ ਵਿੱਚ ਉਸ ਟਾਈਮ ਇਹਨਾਂ ਨੇ ਜਿਹੜਾ ਬਲਵੰਤ ਸਿੰਘ ਮੁਲਤਾਨੀ ਨੂੰ ਇਸ ਮਾਮਲੇ ਦੇ ਵਿੱਚ ਆਰੋਪੀ ਬਣਾਉਂਦੇ ਹੋਏ ਇਹਨੂੰ ਚੱਕਿਆ ਗਿਆ ਸੀ ਅਤੇ ਦੱਸਿਆ ਜਾ ਰਿਹਾ ਕਿ ਟੋਰਚਰ ਕੀਤਾ ਗਿਆ ਬਾਅਦ 'ਚ ਕਾਦੀਆਂ ਥਾਣੇ ਦੇ ਵਿੱਚ ਜਿੱਥੇ ਇਹਨਾਂ ਨੂੰ ਜਿਹੜਾ ਫਰਾਰ ਦੱਸ ਕੇ ਜਿਹੜਾ ਉਹਨਾਂ ਦੀ ਫਾਈਲ ਜਿਹੜੀ ਆ ਬੰਦ ਕਰ ਦਿੱਤੀ। ਪਰ ਕਿਤੇ ਨਾ ਕਿਤੇ ਜਿਹੜਾ ਲੋਕ ਸੀ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਜਿਹੜਾ ਇਨਸਾਫ ਮਿਲੂਗਾ। ਪਰ ਹੁਣ ਜਦੋਂ ਦੁਬਾਰਾ ਇਹ ਕੇਸ ਖੁੱਲ੍ਹਿਆ ਪਰ ਇਹਨੂੰ ਸੈਣੀ ਨੂੰ ਇਹ ਉਮੀਦ ਨਹੀਂ ਸੀ ਕਿ ਜਿਹੜੇ ਉਹਨਾਂ ਦੇ ਸਾਥੀ ਸੀ ਜੋ ਖੁਦ ਜਾਂਚ ਅਧਿਕਾਰੀ ਸੀ ਉਹੀ ਜਿਹੜੇ ਇਸ ਮਾਮਲੇ ਦੇ ਜਿਹੜਾ ਬਾਲਾ ਗਵਾਹ ਬਣਨਗੇ, ਜਿਸਦੇ ਚੱਲਦੇ ਮਾਮਲਾ ਜਿਹੜਾ ਸੰਗੀਨ ਇਹ ਇਸ ਕਰਕੇ ਹੋ ਗਿਆ ਅਤੇ ਇਹਦੇ ਖਿਲਾਫ 302 ਜਿਹੜੀ ਆ ਦਰਜ ਹੋਈ ਆ ਇਸ ਕਰਕੇ ਹੋਈ ਆ। ਇਸ ਲਈ ਹੁਣ ਸੈਣੀ ਨੂੰ ਕਿਤੇ ਨਾ ਕਿਤੇ ਆਪਣੀ ਪੁਲਿਸ ਜਿਹਦਾ ਮੁਖੀ ਜਿਹੜਾ ਰਿਹਾ ਮਤਲਬ ਇਹਨੂੰ ਇਹ ਲੱਗਦਾ ਸੀ ਉਹਦਾ ਹੁਣ ਡਰ ਸਤਾ ਰਿਹਾ। ਅਤੇ ਪਰ ਹੈਰਾਨੀ ਇਹ ਗੱਲ ਆ ਕਿ ਅੱਜ ਜੇਕਰ ਪੇਸ਼ ਹੁੰਦਾ ਤਾਂ ਇਹ ਸੀਗਾ ਕਿ ਸਗੋਂ ਉਹ ਆਪਣੇ ਸਵਾਲਾਂ ਦੇ ਜਵਾਬ ਹੁੰਦਾ ਕਿ ਮੈਂ ਕਿੱਥੇ ਸੀ, ਕਿਉਂਕਿ ਲੁਕਦਾ ਹੁਣ ਇਹ ਫਿਰ ਰਿਹਾ। ਪਰ ਹੁਣ ਜਦੋਂ ਕਿਤੇ ਨਾ ਕਿਤੇ ਸਾਰੇ ਪਾਸਿਓਂ ਹੁਣ ਘਿਰ ਚੁੱਕਿਆ ਤਾਂ ਜ਼ਰੂਰੀ ਹੋਏਗਾ ਕਿ ਜੇਕਰ ਨਹੀਂ ਸ਼ਾਮਲ ਹੁੰਦਾ ਤਾਂ ਇਹਦੀਆਂ ਮੁਸ਼ਕਲਾਂ ਸੈਣੀ ਦੀਆਂ ਹੋਰ ਵਧਣਗੀਆਂ। ਇਸ ਲਈ ਜ਼ਰੂਰੀ ਆ ਕਿ ਸੈਣੀ ਜੇਕਰ ਅੱਜ ਪੇਸ਼ ਹੁੰਦਾ ਤਾਂ ਇਹ ਬਿਲਕੁਲ ਹਲੇ ਵੀ ਜਿਹੜਾ ਕਿਤੇ ਨਾ ਕਿਤੇ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਆ ਕਿ ਅੱਜ ਪੇਸ਼ ਹੁੰਦਾ ਕਿ ਨਹੀਂ ਹੁੰਦਾ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੀਡੀਆ 'ਚ ਮਾਮਲਾ ਲੱਗਿਆ ਹੋਇਆ ਅਤੇ ਪਹਿਲਾਂ ਵੀ ਜਦੋਂ ਪੇਸ਼ ਹੋਇਆ ਸੀ ਵਾਲੇ ਤਾਂ ਪਹੁੰਚ ਗਏ ਨੇ ਸਾਰੇ ਅੰਦਰ ਮੈਂਬਰ ਉਹਨਾਂ ਦੇ ਪਹੁੰਚ ਗਏ ਨੇ ਮੇਰੇ ਖਿਆਲ ਤੇ ਫਿਰ ਵੀ ਤਕਰੀਬਨ ਸਾਰੇ ਬਿਲਕੁਲ। ਦੇਖੋ ਇਹ ਪਹਿਲਾਂ ਵੀ ਪਹੁੰਚੇ ਸੀ, ਪਹਿਲਾਂ ਵੀ ਅੱਜ ਪਹਿਲੀ ਵਾਰ ਨਹੀਂ, ਉਸ ਤੋਂ ਪਹਿਲਾਂ ਵੀ 2 ਵਾਰ ਇਹ ਹੋ ਚੁੱਕਿਆ ਸੈਣੀ ਨੂੰ ਜਦੋਂ ਪਹਿਲਾਂ ਵੀ 2 ਵਾਰ ਜਾਂਚ ਸ਼ਾਮਲ ਹੋਣ ਲਈ ਬੁਲਾਇਆ, ਉਦੋਂ ਵੀ SSP ਦਫ਼ਤਰ ਦੇ ਵਿੱਚ ਜਿਹੜਾ ਜਾਂਚ ਲਈ ਬੁਲਾਇਆ ਸੀ ਪੂਰੀਆਂ ਮੀਡੀਆ ਨੂੰ ਜਿਹੜਾ ਰੋਕ ਦਿੱਤਾ ਗਿਆ ਸੀ ਅੰਦਰ ਜਾਣ ਤੋਂ। ਉਦੋਂ ਬੈਣੀਪਾਲ ਜੀ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਸੀਗੀ ਕਿ ਉਰੇ ਨਹੀਂ ਉਹ ਆਏ ਸੀਗੇ, ਉਹ ਸਿਕਿਉਰਿਟੀ ਰੀਜ਼ਨ ਦੱਸੇ ਗਏ ਸੀਗੇ ਤੇ ਮੇਰੇ ਖਿਆਲ 'ਚ SSP ਦਫ਼ਤਰ ਚਲੇ ਗਏ ਸੀ ਜਦੋਂ ਪਿਛਲੀ ਵਾਰ ਵੀ ਲੱਗਦਾ ਸੀ ਸ਼ਾਇਦ ਆਉਣਗੇ ਨਹੀਂ ਸੈਣੀ। ਹਾਂ ਲੇਕਿਨ ਪਰ ਹੈਰਾਨੀ ਦੀ ਗੱਲ ਹੈ ਜਾਂਚ ਦੇ ਵਿੱਚ ਉਦੋਂ ਵੀ ਇੱਥੇ ਆਉਣਾ ਜ਼ਰੂਰੀ ਸੀਗਾ ਕਿ ਥਾਣੇ ਦੇ ਵਿੱਚ ਇੱਥੇ ਮਾਮਲਾ ਦਰਜ ਸੀ, ਇੱਥੇ ਆਉਣਾ ਜ਼ਰੂਰੀ ਸੀਗਾ। ਪਰ ਹੁਣ ਜਿਹੜਾ ਉੱਥੇ ਜਿਹੜਾ ਉਸ ਟਾਈਮ ਬੁਲਾਇਆ ਗਿਆ ਸੀਗਾ, ਪਰ ਹੁਣ ਜਿਹੜਾ ਜ਼ਰੂਰੀ ਆ ਕਿ ਥਾਣੇ ਦੇ ਵਿੱਚ ਜਿਹੜਾ ਇੱਥੇ ਸ਼ਾਮਲ ਹੋਣਾ ਕਿਉਂਕਿ ਉਹ ਮਾਮਲਾ ਇੱਥੇ ਦਰਜ ਆ। ਹੁਣ ਸੈਣੀ ਇਹਦੇ ਵਿੱਚ ਆ ਕੇ ਕਿਸ ਤਰ੍ਹਾਂ ਦੇ ਬਿਆਨ ਦਰਜ ਕਰਾਉਂਦਾ ਇਹ ਵੱਖਰੀ ਗੱਲ ਹੋ, ਪਰ ਇਹ ਹੁਣ ਇਹ ਵੀ ਸਿੱਟ ਵੱਲੋਂ ਇਹ ਵੀ ਪੁੱਛਿਆ ਜਾਊਗਾ ਕਿ ਇੰਨੇ ਦਿਨ ਲੁਕਿਆ ਕਿੱਥੇ ਰਿਹਾ, ਕਿਉਂਕਿ ਲਗਾਤਾਰ ਉਹਨੂੰ ਨੋਟ ਜਾਰੀ ਹੁੰਦੇ ਰਹੇ, ਜਿਹੜੀਆਂ ਸਿੱਟ ਉਹਨਾਂ ਦੇ ਲਗਾਤਾਰ ਜਿਹੜੀਆਂ ਫਾਰਮ ਹਾਊਸ ਜਾਂ ਕੋਠੇ ਦੇ ਛਾਪੇਮਾਰੀ ਕਰਦੀ ਰਹੀ। ਪਰ ਇੰਨੀ ਜਿਹੜੀ ਸਕਿਉਰਿਟੀ ਦੇ ਬਾਵਜੂਦ ਚੱਕਮਾ ਦੇ ਕੇ ਫਰਾਰ ਕਿੱਥੇ ਹੋਇਆ ਸੀ, ਇਹ ਵੀ ਵੱਡਾ ਸਵਾਲ ਆ। ਕਿਤੇ ਨਾ ਕਿਤੇ ਪੁਲਿਸ ਦੇ ਵਿੱਚ ਜ਼ਰੂਰ ਮੁਖੀ ਰਿਹਾ ਅਤੇ ਜ਼ਰੂਰ ਉਹਨੂੰ ਜਿਹੜਾ ਇਸ ਦਾ ਪੂਰਾ ਭੇਤ ਜਿਹੜਾ ਜ਼ਰੂਰ ਖੋਲ੍ਹਦੇ ਨੇ। ਇਸ ਲਈ ਜ਼ਰੂਰੀ ਆ ਕਿ ਸੈਣੀ ਜੇਕਰ ਅੱਜ ਪੇਸ਼ ਨਹੀਂ ਹੁੰਦਾ ਤਾਂ ਉਹਨੂੰ ਮੁਸ਼ਕਲਾਂ ਜ਼ਰੂਰ ਵਧਣ। ਬਿਲਕੁਲ ਕਹਿ ਸਕਦੇ ਹਾਂ ਕਿ ਉਹੀ ਸੁਮੇਧ ਸੈਣੀ ਜਿਹੜਾ ਪੁਲਿਸ ਨੂੰ ਹੈਂਡਲ ਕਰਦਾ ਸੀ, ਪੁਲਿਸ ਦੇ ਉੱਤੇ ਇੱਕ ਤਰ੍ਹਾਂ ਦਾ ਪਹਿਰਾ ਸੀਗਾ ਸੁਮੇਧ ਸੈਣੀ, ਉਹਨਾਂ ਨੂੰ ਦੇਖਦੇ ਸੀ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਰਹੂ, DGP ਸੀਗੇ। ਆਖਿਰਕਾਰ ਅੱਜ ਇਹ ਕੀ ਜ਼ਰੂਰਤ ਪੈ ਗਈ ਕਿ ਅੱਜ ਇਹੀ ਥਾਣਿਆਂ ਦੇ ਵਿੱਚ ਜਦੋਂ ਕਿ ਦੇਖਿਆ ਜਾਵੇ ਇਹੀ ਪੁਲਿਸ ਉਹਨਾਂ ਨੂੰ ਰਿਪੋਰਟ ਕਰਦੀ ਸੀ, ਇਹੀ ਥਾਣਿਆਂ ਤੋਂ ਕਿਤੇ ਨਾ ਕਿਤੇ ਘਬਰਾਉਂਦੇ ਹੋਏ ਨਜ਼ਰ ਆਉਂਦੇ ਨੇ, ਅਦਾਲਤ ਦੇ ਵਿੱਚ ਬਿਆਨ ਦਿੱਤੇ ਜਾਂਦੇ ਨੇ। ਸਭ ਤੋਂ ਵੱਡਾ ਸਵਾਲ ਹੁਣ ਇਹ ਬਣ ਚੁੱਕਿਆ ਕਿ ਆਖਿਰਕਾਰ ਸੈਣੀ ਅੱਜ ਪੇਸ਼ ਹੋਣਗੇ ਨਾ ਹੋਣਗੇ, ਇਹ ਦੋਨੇ ਚੀਜ਼ਾਂ ਉਸ ਸ਼ਾਇਦ ਮਾਮਲਿਆਂ 'ਤੇ ਵੀ ਅਸਰ ਪਾਉਣਗੀਆਂ ਜਦੋਂ ਰਾਹਤ ਮੰਗਣ ਸੈਣੀ ਕੋਰਟ ਦੇ ਵਿੱਚ ਜਾਂਦੇ ਨੇਗੇ। ਹੁਣ ਦੇਖਣਾ ਹੋਊਗਾ ਕਿ ਆਖਿਰਕਾਰ ਅੱਜ ਸੈਣੀ ਪੇਸ਼ ਹੁੰਦੇ ਨੇ ਜਾਂ ਨਹੀਂ, ਕਿਉਂਕਿ SIT ਦੇ ਮੈਂਬਰ ਜਿਹੜੇ ਪਹੁੰਚ ਚੁੱਕੇ ਨੇ। ਸਾਡੀ ਵੀ ਕੋਸ਼ਿਸ਼ ਇਹ ਰਹੇਗੀ ਕਿ ਹਰ ਇੱਕ ਪਹਿਲੂ ਤੋਂ ਤੁਹਾਨੂੰ ਜਾਣੂ ਕਰਵਾਈਏ। ਪੂਰਾ ਮਾਮਲਾ ਦੱਸਣ ਦਾ ਮਤਲਬ ਇਹੀ ਸੀ ਕਿ ਜਿਹੜੇ ਲੋਕ ਅੱਜ ਸੁਣ ਰਹੇ ਨੇਗੇ ਤਾਂ ਪਤਾ ਲੱਗੇ ਉਹਨਾਂ ਨੂੰ ਕਿ ਸਾਬਕਾ DGP ਆਖਰ ਕਿਉਂ ਲੁਕਦਾ ਫਿਰਦਾ, ਕਿਉਂ ਉਹਨੂੰ ਇਹ ਲੋੜ ਪੈ ਗਈ ਕਿ ਅੱਜ ਆਪਣੇ ਹੀ ਪੁਲਿਸ ਵਾਲਿਆਂ ਤੋਂ ਜਿਨ੍ਹਾਂ ਦਾ ਉਹ ਮੁਖੀ ਰਿਹਾ ਕਿਸੇ ਟਾਈਮ, ਉਹਨਾਂ ਤੋਂ ਡਰ ਰਿਹਾ ਕਿ ਆਖਿਰਕਾਰ ਕੀ ਉਹ ਸਵਾਲ ਰੱਖਣਗੇ, ਕੀ ਉਹਨਾਂ ਦੇ ਜਵਾਬ ਹੋਣਗੇ, ਅਤੇ ਦੂਜੇ ਪਾਸੇ ਕੀ ਕਿਤੇ ਕੋਈ ਕਾਰਵਾਈ ਨਾ ਕਰ ਦੇਣ। ਹਾਲਾਂਕਿ ਚਲੋ ਸਾਰਾ ਮਾਮਲਾ ਜਾਂਚਦਾ, ਉਦੋਂ ਬਾਅਦ ਦੇਖਣਾ ਕਿ ਹਜੇ ਸਾਬਕਾ DGP ਪਹੁੰਚਦਾ ਜਾਂ ਨਹੀਂ ਪਹੁੰਚਦਾ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀਤ ਸਿੰਘ ਜੋਸ਼ੀ, ਡੇਲੀ ਪੋਸਟ।